ਲਾਜ਼ਮੀ ਖੜੇ ਸੀ, ਉਹਨਾਂ ਨੇ ਰੋਕ ਲਿਆ, ਕਹਿੰਦੇ ਤੇਲ ਨਹੀਂ ਹੈਗਾ। ਬਾਅਦ 'ਚ ਉਹਨਾਂ ਨੰਬਰ ਪਲੇਟ ਵਾਲੀ ਨਿਗਾਹ ਪਈ, ਉਹ ਕਹਿੰਦੇ ਚਲਾਨ ਕੱਟਣਾ ਵਾ, ਇਹ ਨਜਾਇਜ਼ ਕਰਦੇ ਪਏ ਨੇ। ਆਰਸੀ ਮੇਰੇ ਕੋਲ ਆ। ਪੈਟਰੋਲ ਪਵਾਉਣ ਆਇਆ, ਠੀਕ ਹੈ ਜੀ, ਇਹ ਫਿਰ ਵੀ ਚਲਾਨ ਕੱਟ ਰਿਹਾ। ਆਹ ਦੇਖੋ ਜੀ, ਨਾਲ ਅਪਲਾਈ ਕੀਤੀ ਹੋਈ ਆ ਆਨਲਾਈਨ। ਤਸਵੀਰਾਂ ਲੁਧਿਆਣਾ ਦੀਆਂ ਨੇ, ਜਿੱਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਨੂੰਨ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਟਰੱਕ ਆਪਰੇਟਰਾਂ ਅਤੇ ਬੱਸ ਆਪਰੇਟਰਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਕਈ ਜਗ੍ਹਾ 'ਤੇ ਹੜਤਾਲ ਵੀ ਕੀਤੀ ਗਈ ਹੈ, ਤਾਂ ਇਸੇ ਦੇ ਚੱਲਦਿਆਂ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਲਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਦੁਗਰੀ ਰੋਡ 'ਤੇ ਬਣੇ ਪੈਟਰੋਲ ਪੰਪ 'ਤੇ ਲੋਕ ਵੱਡੀ ਗਿਣਤੀ ਦੇ ਵਿੱਚ ਤੇਲ ਪਵਾਉਣ ਦੇ ਲਈ ਪਹੁੰਚੇ, ਪਰ ਬਾਹਰ ਖੜ੍ਹੇ ਪੁਲਿਸ ਦੇ ਮੁਲਾਜ਼ਮਾਂ ਨੇ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਜਿੱਥੇ ਲੋਕਾਂ ਨੂੰ ਅਪੀਲ ਕੀਤੀ, ਤਾਂ ਉੱਥੇ ਹੀ ਕਈ ਲੋਕਾਂ ਦੇ ਚਲਾਨ ਵੀ ਕੱਟਦੇ ਹੋਏ ਨਜ਼ਰ ਆਏ। ਉੱਧਰ ਲੋਕਾਂ ਦੇ ਵਿਰੋਧ ਤੋਂ ਬਾਅਦ ਟ੍ਰੈਫਿਕ ਪੁਲਿਸ ਕਰਮੀ ਨੇ ਉਸ ਨੌਜਵਾਨ ਨੂੰ ਵੀ ਛੱਡ ਦਿੱਤਾ। ਮੌਕੇ ਦੀਆਂ ਤਸਵੀਰਾਂ ਤੁਸੀਂ ਵੀ ਦੇਖੋ। ਮੇਰਾ ਨਾਮ ਵੀਰੂ ਅਵਰੇ, ਮੈਂ ਮਾਲਟੋਨ 'ਤੇ ਕੰਮ ਕਰਦਾ। ਮੈਂ ਵੀਰੇ ਪੰਪ 'ਤੇ ਆਏ ਤੇਲ ਪਵਾਉਣ, ਅਚਾਨਕ ਇਹਨਾਂ ਨੇ ਨੰਬਰ ਪਲੇਟ ਦੇਖ ਲਈ, ਮੈਂ ਨੰਬਰ ਪਲੇਟ ਹੋਣ ਮੁਲਾਜ਼ਮ ਖੜੇ ਸੀ, ਉਹਨਾਂ ਨੇ ਰੋਕ ਲਿਆ, ਕਹਿੰਦੇ ਤੇਲ ਨਹੀਂ ਹੈਗਾ। ਬਾਅਦ 'ਚ ਉਹਨਾਂ ਨੇ ਨੰਬਰ ਪਲੇਟ ਵੱਲ ਨਿਗਾਹ ਪਈ, ਉਹ ਕਹਿੰਦੇ ਚਲਾਨ ਕੱਟਣਾ ਵਾ, ਇਹ ਨਜਾਇਜ਼ ਕਰਦੇ ਪਏ ਨੇ। ਆਰਸੀ ਮੇਰੇ ਕੋਲ ਆ, ਹੁਣ ਚਲਾਨ ਕੱਟਤਾ ਨਹੀਂ? ਹਾਂਜੀ, ਚਲਾਨ ਕਹਿੰਦੇ ਕਰਨਾ ਵਾ। ਮੈਂ ਕਿਹਾ ਦੇਖ ਲਓ ਸਰ ਰਿਕੁਐਸਟ ਵੀ ਇੱਦਾਂ ਦਾ ਕਰਕੇ, ਵੀ ਮੈਂ ਨੰਬਰ ਪਲੇਟ ਅਪਲਾਈ ਕੀਤੀ, ਉੱਥੇ ਦਿੱਲੀ ਜਾਂਦਾ ਵਾ, ਨੰਬਰ ਪਲੇਟ ਨਹੀਂ ਦਿੰਦੇ। ਕਹਿ ਰਹੇ ਆ ਕਿ ਵੀ ਚਲਾਨ ਕੱਟਿਆ ਜਾਏਗਾ, ਅਸੀਂ ਕਿ ਨਹੀਂ, ਚਲਾਨ ਨਹੀਂ ਕੱਟਣਾ ਚਾਹੀਦਾ ਸਰ, ਕਿਉਂਕਿ ਅਸੀਂ ਤਾਂ ਗਰੀਬ ਹਾਂ, ਕੰਮ ਕਰਦੇ ਹਾਂ, ਕੰਮ ਦਾ ਟਾਈਮ ਕੱਢ ਕੇ ਅਸੀਂ ਪੈਟਰੋਲ ਪਵਾਉਣ ਆਏ ਹਾਂ, ਠੀਕ ਹੈ ਜੀ, ਇਹ ਫਿਰ ਵੀ ਚਲਾਨ ਕੱਟ ਰਿਹਾ। ਆਹ ਦੇਖੋ ਜੀ, ਨਾਲ ਅਪਲਾਈ ਕੀਤੀ ਹੋਈ ਆ ਆਨਲਾਈਨ। ਇਹ ਪ੍ਰੋਬਲਮ ਦੀ ਇੱਕ ਮਿੰਟ ਤੇਲ ਦੀ ਕਮੀ ਕਰਕੇ ਜਿਹੜੀ ਟ੍ਰੈਫਿਕ ਜਾਮ ਹੋ ਰਹੀ ਆ, ਜਿਹਦੇ ਕਰਕੇ ਲੋਕਾਂ 'ਚ ਇੱਥੇ ਟ੍ਰੈਫਿਕ ਰੁਕੀ ਹੋਈ ਆ, ਰੋਂਗ ਸਾਈਡ ਆਉਂਦੇ ਆ। ਇੱਕ ਜਵਾਨ ਦਾ ਨੰਬਰ ਪਲੇਟ ਨਹੀਂ, ਨਾ ਹੈਲਮਟ ਪਾਇਆ ਸੀ, ਨਾ ਉਹਦੇ ਕਰਕੇ ਉਹਦਾ ਅਸੀਂ ਚਲਾਨ ਕਰ ਰਹੇ ਹਾਂ। ਜੋ ਚਲਾਨ ਆ ਉੱਥੇ ਦੱਸੋ, ਜਿਹੜੀ ਹੈ ਦੱਸਣਗੇ, ਅਸੀਂ ਨਹੀਂ ਕਰਦੇ ਚਲਾਨ। ਜੇ ਨੰਬਰ ਪਲੇਟ ਹੋਏਗੀ ਅਸੀਂ ਵੇਖਾਂਗੇ, ਜੇ ਅਪਲਾਈ ਕੀਤੀ ਆ ਫਿਰ ਭੇਜ ਦਾਂਗੇ। ਅਸੀਂ ਟ੍ਰੈਫਿਕ ਰੈਗੂਲੇਟ ਕਰਨੀ, ਉਹਦੇ ਕਰਕੇ ਅਸੀਂ ਇੱਥੇ ਆਏ ਹਾਂ। ਨਹੀਂ, ਚਲਾਨ ਨਹੀਂ ਕੱਟਾਂਗੇ, ਅਸੀਂ ਵੇਖਾਂਗੇ ਵੀ ਬੰਦਾ ਕਿੱਧਰੋਂ ਆ ਰਿਹਾ। ਟ੍ਰੈਫਿਕ ਰੈਗੂਲੇਟ ਕਰਨੀ ਆ ਅਸੀਂ, ਉਹ ਚਲਾਨ ਨਹੀਂ ਕੱਟਾਂਗੇ, ਠੀਕ ਆ। ਜਿਹੜੀ ਵੇਖਾਂਗੇ ਨੰਬਰ ਪਲੇਟ ਸਹੀ ਆ, ਉਹਨੂੰ ਭੇਜ ਦਾਂਗੇ, ਠੀਕ ਆ। ਪਬਲਿਕ ਦੀ ਹੈਲਪ ਕਰਾਂ, ਜੇ ਸਾਡੀ ਸਪੋਰਟ ਕਰਨਗੇ, ਆਪਣੇ ਟ੍ਰੈਫਿਕ ਸਾਡਾ ਕਹਿਣਾ ਮੰਗ ਨਹੀਂ ਕਰਾਂਗੇ ਜੀ ਚਲਾਂ। ਕਿੰਨੀ ਡੇਟ ਆ? 30 ਜਨਵਰੀ, ਠੀਕ ਹੈ ਸਰ, ਬੰਦਾ ਜੈਨੂ ਨਹੀਂ ਹੈ, ਪਰ ਇਹ ਹੈਲਪ ਨਾ ਪਾਓ। ਓਕੇ, ਜਿਹੜੀ ਗਲਤੀ ਆ ਉਹ ਮੰਨ ਲੈਂਦੇ ਹਾਂ।